Rosie's meeting with Nessie. Activity 1 and 2. So welcome dear students. In today's video, we are going to solar activity 1, pre-reading and post-reading activity number 2. For class 6, Yaf School Education Board. You are watching the channel Lessons of Life. So let's start. ਹਾਂਜੀ 프리 ਰੀਡਿੰਗ ਦੇ ਵਿੱਚ ਜਿਹੜੀ ਫਰਸਟ ਐਕਟੀਵਿਟੀ ਹੁੰਦੀ ਆ ਉਹਦੇ ਵਿੱਚ ਕੁਝ ਨਵੇਂ ਵਰਡਸ ਦੇ ਅਸੀਂ मीनिंग ਜਾਣਨੇ ਹੁੰਦੇ ਨੇ ਪ੍ਰੋਨਨਸੀਏਸ਼ਨ ਉਹਨਾਂ ਦੀ ਕੰਠ ਕਰਨੀ ਹੁੰਦੀ ਆ ਮੀਨਸ ਕਿ ਉਹਨੂੰ ਬੋਲ ਕੇ ਸਹੀ ਤਰੀਕੇ ਨਾਲ ਦੇਖਣਾ ਤੇ ਸਪੈਲਿੰਗ ਯਾਦ ਕਰਨੀ ਆ ਤੇ ਜਦੋਂ ਮੈਂ ਲੈਸਨ ਕਰਵਾਇਆ ਸੀ ਉਸ ਟਾਈਮ ਮੈਂ ਤੁਹਾਨੂੰ ਇਹ ਲਿਖਵਾਏ ਨਹੀਂ ਸੀ ਵੱਟ ਲੈਸਨ ਦੇ ਵਿੱਚ ਦੱਸਿਆ ਸੀ ਤੁਹਾਨੂੰ ਨੋਟ ਡਾਊਨ ਕਰਨ ਨੂੰ ਕਿਹਾ ਸੀ ਹੁਣ ਤੁਸੀਂ ਚੈੱਕ ਕਰੋ ਜਿਹੜੇ ਵਰਡਸ ਨੇ ਤੁਸੀਂ ਕਿੰਨਿਆਂ ਦੇ ਸਹੀ मीनिंग ਲੱਭੇ ਨੇ ਔਰ ਨੋਟ ਡਾਊਨ ਕੀਤੇ ਹੋਏ ਨੇ ਅਗਰ ਕਿਸੇ ਬੱਚੇ ਨੇ ਨਹੀਂ ਕੀਤੇ ਤਾਂ ਉਹ ਸਾਰੇ ਹੁਣ ਦੁਬਾਰਾ ਤੋਂ ਯਾਦ ਕਰੇ ਜਿਨ੍ਹਾਂ ਨੇ ਲੱਭੇ ਹੋਏ ਨੇ ਉਹ ਚੈੱਕ ਆਊਟ ਕਰਨ ਠੀਕ ਹੈ ਸੋ ਦੇਖਦੇ ਆਪਾਂ ਇਹਨਾਂ ਦੇ मीनिंग्स ਫਰਸਟ ਵਰਡ ਹੈ ਬਟਾ ਰਿਪਲ ਆਰ ਆਈ ਡਬਲ ਪੀ ਐਲ ਈ ਰਿਪਲ ਇਹਦਾ मीनिंग ਹੁੰਦਾ ਪੰਜਾਬੀ ਦੇ ਵਿੱਚ ਲਹਿਰਾਂ ਜਾਂ ਤਰੰਗਾਂ ਜਦੋਂ ਪਾਣੀ ਦੇ ਵਿੱਚ ਅਸੀਂ ਕੋਈ ਚੀਜ਼ ਸੁੱਟਦੇ ਹਾਂ ਉਹਦੇ ਨਾਲ ਜਿਹੜੀਆਂ ਤਰੰਗਾਂ ਪੈਦਾ ਹੁੰਦੀਆਂ ਨੇ ਉਹਨਾਂ ਨੂੰ ਅਸੀਂ ਕਹਿੰਦੇ ਆ रिपल्स ठीक है नेक्स्ट वर्ड है डेंजरस जो डेंजरस है डेंजरस मींस खतरनाक डेंजरस ਨੂੰ ਆਪਾਂ ਹੋਰ ਕੀ ਕਹਿ ਸਕਦੇ ਆ ਹਾਰਮਫੁਲ ਜਾਂ ਅਨ ਸੇਫ ਕਹਿ ਸਕਦੇ ਹਾਂ ਓਕੇ ਨੈਕਸਟ ਵਰਡ ਹੈ ਰਨ ਪਾਸਟ ਰਨ ਪਾਸਟ ਦਾ ਮਤਲਬ ਹੈ ਅੱਗੇ ਲੰਘ ਜਾਣਾ ਕਿਸੇ ਚੀਜ਼ ਤੋਂ ਕੋਈ ਜਗਾ ਜੋ ਮਿੱਥੀ ਹੈ ਉਸ ਤੋਂ ਅੱਗੇ ਚਲੇ ਜਾਣਾ ਠੀਕ ਹੈ ਉਹਨੂੰ ਕਹਿੰਦੇ ਆ ਰਨ ਪਾਸਟ ਨੈਕਸਟ ਹੈ ਮਰਜ ਮਰਜ ਦਾ ਮਤਲਬ ਰਲ ਜਾਣਾ ਜਾਂ ਮਿਲ ਜਾਣਾ ਜਿੱਦਾਂ ਕਹਿ ਲਓ ਵੀ ਆਪਾਂ ਦੋ ਕਲਾਸਾਂ ਨੂੰ ਮਰਜ ਕਰਤਾ ਇਕੱਠੇ ਕਰਤਾ ਇੱਕ ਕਲਾਸ ਦੇ ਵਿੱਚ ਉਹਨੂੰ ਆਪਾਂ ਕਹਾਂਗੇ ਵੀ ਦੋਨੋਂ ਕਲਾਸਾਂ ਨੂੰ ਮਰਜ ਕਰਤਾ ਠੀਕ ਨੈਕਸਟ ਹੈ ਗਿਆ ਹਾਰਵੀ ਵਾਰੀਅਰ ਹਾਰਵੀ ਵਾਰ ਇੱਥੇ ਹੁਣ ਹਾਰਵੀ ਵਾਰੀਅਰਸ ਹੁੰਦੇ ਨੇ ਸ਼ਾਕਾਹਾਰੀ ਜਾਨਵਰ ਠੀਕ ਨੈਕਸਟ ਹੈ ਕ੍ਰੀਚਰ ਕਰੀਚਰ ਮੀਨਸ ਜੀਵ ਜੀਵ ਕੋਈ ਵੀ ਹੋ ਉਸ ਦਾ ਮਨੁੱਖ ਹੋ ਸਦਾ ਕੀੜਾ ਪਤੰਗਾ ਕੋਈ ਵੀ ਜਿਹੜਾ ਜ਼ਿੰਦਾ ਹੈਗਾ ਉਹਨੂੰ ਅਸੀਂ ਕਰੀਚਰ ਕਹਿੰਦੇ ਆ ਨੈਕਸਟ ਹੈ ਸਕੈਅਰਡ ਮੀਨਸ ਡਰਿਆ ਹੋਇਆ ਮੌਨਸਟਰ ਮੌਨਸਟਰ ਦਾ ਮਤਲਬ ਰਾਖਸ਼ ਜਾਂ ਦਾਨਬ ਆਕਾਰ ਦੇ ਵਿੱਚ ਬਹੁਤ ਵੱਡਾ ਜੀਵ ਕੋਈ ਠੀਕ ਉਹਨੂੰ ਅਸੀਂ ਮੌਨਸਟਰ ਕਹਿ ਦਿੰਨੇ ਆ ਠੀਕ ਇਹ ਸੀਗੇ ਸਾਡੇ ਵਰਡ मीनिंग ਹੁਣ ਤੁਸੀਂ ਚੈੱਕ ਕਰੋ ਕਿ ਤੁਹਾਡੇ ਕਿੰਨੇ ਇਹਦੇ ਵਿੱਚੋਂ ਸਹੀ ਗਏ ਨੇ ਤੁਸੀਂ ਕਿੰਨੇ ਜਦੋਂ ਲੈਸਨ ਸੁਣਦੇ ਸੀ ਉਹਦੇ ਚੋਂ ਨੋਟ ਡਾਊਨ ਕੀਤੇ ਨੇ ਇਹਨਾਂ ਦੇ ਸਪੈਲਿੰਗ ਹੁਣ ਜ਼ਰੂਰ ਬੇਟਾ ਯਾਦ ਕਰ ਲੈਣੇ ਨੇ ਓਕੇ ਨੈਕਸਟ ਪੋਸਟ ਰੀਡਿੰਗ ਦੇ ਵਿੱਚ ਵੋਕੈਬਲਰੀ ਨਾਲ ਰਿਲੇਟਡ ਕਿਹੜੀ ਆ ਸਾਡੇ ਕੋਲੇ ਐਕਟੀਵਿਟੀ ਨੰਬਰ 2 ਉਹਦੇ ਚ ਪਹਿਲਾਂ ਦੱਸ ਸਮਝਾਇਆ ਹੋਇਆ ਤੇ ਉਹਨੂੰ ਦੇਖੋ ਧਿਆਨ ਨਾਲ ਫਿਰ मीनिंग्स ਆਫ ਨਿਊ ਵਰਡਸ ਕੈਨ ਆਫਨ ਬੀ discovered by carefully reading words that come before and after the difficult word meaning ایتھے ਕੀ ਹੈ ਕਈ ਵਾਰ ਜਿਹੜਾ ਕੋਈ ਔਖਾ ਸ਼ਬਦ ਹੁੰਦਾ ਸਾਨੂੰ ਜਦੋਂ ਅਸੀਂ ਕੋਈ ਚੀਜ਼ ਪੜ੍ਹਦੇ ਆ ਉਹਦਾ ਸਾਨੂੰ ਹਨਾ मीनिंग ਨਹੀਂ ਪਤਾ ਹੁੰਦਾ ਪਰ ਉਹਦਾ मीनिंग ਉਹਦੇ ਅੱਗੇ ਜਾਂ ਪਿਛਲੇ ਸ਼ਬਦਾਂ ਦੇ ਵਿੱਚ ਹੀ ਹੁੰਦਾਗਾ ਜਦੋਂ ਅਸੀਂ ਸਾਨੂੰ ਅੰਦਾਜ਼ਾ ਜਿਹਾ ਹੋ ਜਾਂਦਾ ਜਦੋਂ ਅਸੀਂ ਕੋਈ ਸੈਂਟੈਂਸ ਪੜ੍ਹਦੇ ਆ ਸਾਨੂੰ ਉਦਾਰਜ ਇੱਕ ਮੀਨਿੰਗ ਚਾਹੇ ਨਹੀਂ ਪਤਾ ਬਟ ਅਸੀਂ ਆਲੇ-ਦਾਲੇ ਦੇ ਉਹ ਸ਼ਬਦਾਂ ਨੂੰ ਦੇਖ ਕੇ ਉਹਦਾ ਅੰਦਾਜ਼ਾ ਜਿਹਾ ਲਾ ਲੈਨੇ ਆ ਵੀ ਇਹਦਾ ਆ ਮੀਨਿੰਗ ਨਿਕਲਦਾ ਹੈ ਹਨਾ ਲੁੱਕ ਐਟ ਦ ਸੈਂਟੈਂਸਸ ਫਰੋਮ ਦ ਸਟੋਰੀ ਹੁਣ ਸਾਨੂੰ ਕੁ ਸੈਂਟੈਂਸ ਦਿੱਤੇ ਗਏ ਨੇ ਕਹਾਣੀ ਦੇ ਵਿੱਚੋਂ ਐਂਡ देयर ਮੀਨਿੰਗ ਤੇ ਉਹਨਾਂ ਦੇ ਮੀਨਿੰਗ ਵੀ ਸਮਝਾਏ ਗਏ ਨੇ ਦ ਮੀਨਿੰਗ ਕੈਨ ਵੀ ਗੈਸਟ ਫਰੋਮ ਅਦਰ ਵਰਡਸ ਇਨ ਦ ਸੈਂਟੈਂਸ ਜਿਹੜੇ ਉਹਨਾਂ ਨੇ ਮੀਨਿੰਗ ਕਿੱਥੋਂ ਲੈ ਗਏ ਨੇ ਜਿਹੜੇ ਉਹਦੇ ਇਰਦ-ਗਿਰਦ ਹੋਰ ਸ਼ਬਦ ਨੇ ਅੱਗੇ ਪਿੱਛੇ ਉਹਨਾਂ ਤੋਂ ਸੋ ਦੇਖੋ ਫਸਟ ਹੈ ਗੋ ਡਾਊਨ ਗੋ ਡਾਊਨ ਟੂ ਦਾ ਲੇਕ ਇਹ ਸੈਂਟੈਂਸ ਕਿੱਥੋਂ ਲਿਆ ਗਿਆਗਾ ਤੁਹਾਡੀ ਇਸ ਲੈਸਨ ਦੇ ਵਿੱਚੋਂ ਸਟੋਰੀ ਦੇ ਵਿੱਚੋਂ ਠੀਕ ਹੈ ਹੁਣ ਗੋ ਡਾਊਨ ਨੂੰ ਉਹਨਾਂ ਨੇ ਡਾਰਕ ਕਰਕੇ ਲਿਖਿਆ ਹੋਇਆ ਉਹਦਾ मीनिंग ਦੀ ਗੱਲ ਕਰਨੀ ਆ ਹੁਣ मीनिंग ਕਿਦਾਂ ਸਮਝਾਇਆ ਗਿਆ ਦੇਖੋ ਰੋਜੀ ਵਾਂਟਸ ਟੂ ਗੋ ਟੂ ਦਾ ਲੇਕ which is at a lower place than her house ਠੀਕ ਹੈ go ਦੇ ਥੱਲੇ ਐਂਡ go to ਦੇ ਥੱਲੇ ਅੰਡਰਲਾਈਨ ਕੀਤਾ ਹੋਇਆ ਉਹਨੂੰ ਲਾਈਨ ਲਾਈ ਹੋਈ ਹੈ ਤੇ lower ਦੇ ਥੱਲੇ ਠੀਕ ਉੱਥੋਂ ਸਾਨੂੰ ਪਤਾ ਲੱਗਦਾ go down ਦਾ ਮਤਲਬ ਇੱਕ ਜਗ੍ਹਾ ਤੋਂ ਜੇ ਨੀਚੇ ਵਾਲੀ ਜਗ੍ਹਾ ਵੱਲ ਨੂੰ ਜਾਣਾ ਹੈ ਨਾ ਓਕੇ ਨੈਕਸਟ ਆਈ ਵਿਲ ਥਰੋ ਸਮ ਸਟੂਨਸ ਇਨਟੂ ਦਾ ਵਾਟਰ ਐਂਡ ਵਾਚ ਦਾ ਰਿਪਲਸ ਹੁਣ ਇੱਥੇ ਵਰਡ ਰਿਪਲਸ ਨੂੰ ਡਾਰਕ ਕਰਕੇ ਲਿਖਿਆ ਹੋਇਆ ਅਸੀਂ ਉਹਨੂੰ ਸਮਝਣਾ ਹੁਣ ਦੇਖੋ ਨਾਲ ਪਿਕਚਰ ਵੀ ਬਣੀ ਹੋਈ ਆ ਬੂੰਦ ਡਿੱਗਦੀ ਦਿਖਾਈ ਗਈ ਆ ਤੇ ਉਹਦੀ ਆਲੇ-ਦਾਲੇ ਨੂੰ ਤਰੰਗਾਂ ਬਣਦੀਆਂ ਦਿਖਾਈਆਂ ਗਈਆਂ ਨੇ ਇਹ ਤੁਸੀਂ ਖੁਦ ਪ੍ਰੈਕਟੀਕਲ ਵੀ ਕਰ ਸਕਦੇ ਹੋ ਤੁਸੀਂ ਇੱਕ ਕਾਲੇਜ ਜਾਂ ਕਿਸੇ ਵੀ ਵੱਡੇ ਖੁੱਲੇ ਪਾਂਡੇ 'ਚ ਪਾਣੀ ਪਾਓ ਤੇ ਉਹਦੇ ਵਿੱਚ ਡ੍ਰੌਪ ਦੇਖ ਕੇ ਦੇਖੋ ਜਾਂ ਕੋਈ ਬੱਟਾ ਸਿੱਟ ਕੇ ਦੇਖੋ ਦੇਖੋ ਆਲੇ-ਦਾਲੇ ਨੂੰ ਤਰੰਗਾਂ ਨਿਕਲਦੀਆਂ ਹਨਾ ਸੋ ਮੀਨਿੰਗ ਕੀ ਸਮਝਾਇਆ ਗਿਆ ਰੋਜੀ ਵਾਂਟਸ ਟੂ ਸੀ ਅ ਸੀਰੀਜ਼ ਆਫ ਬੇਬਸ on the water by dropping stones into the water series of waves ek lagataarta de vich jehdiya waves ne lehraan da banna next one kia see run past a board that reed us board to agge nikal gayi jithe ohne padhya si eh gallan hun eh da meaning ki samjhayega she left the board behind means oh board nu piche chhad gayi agge lang gayi ਠੀਕ ਆ ਬੋਰਡ ਤੋਂ ਅੱਗੇ ਚਲੀ ਗਈ ਇਹਦਾ ਮਤਲਬ ਇਹ ਆ ਰਨ ਪਾਸ ਦਾ ਨੈਕਸਟ ਹੈ ਹਰ ਪੇਰੈਂਟਸ ਹੈਡ ਟੋਲਡ ਹਰ ਦੈਟ देयर ਵਾਸ ਨੋ ਸੱਚ ਥਿੰਗ ਇਟ ਵਾਸ ਅ ਮਿਥ ਉਹਦੇ ਮਾਤਾ ਪਿਤਾ ਨੇ ਉਹਨੂੰ ਇਹ ਸਮਝਾਇਆ ਸੀ ਇਦਾਂ ਦੀ ਕੋਈ ਚੀਜ਼ ਨਹੀਂ ਹੁੰਦੀ ਸਿਰਫ ਮਿਥ ਮਿਥ ਵਰਡ ਨੂੰ ਉਹਨਾਂ ਨੇ ਡਾਰਕ ਕੀਤਾ ਹੋਇਆ ਇੱਥੇ ਹੁਣ ਉਹਦਾ ਮੀਨਿੰਗ ਅਸੀਂ ਗੱਲ ਕਰਦੇ ਹਾਂ ਮਿਥ ਇਜ਼ ਅ ਸਟੋਰੀ ਅਬਾਊਟ ਸਮਥਿੰਗ ਮਿਥ ਕੀ ਆ ਕਿਸੇ ਬਾਰੇ ਕੋਈ ਕਹਾਣੀ ਆ ਇਟ ਮੇ ਨਾਟ ਬੀ ਟਰੂ ਜੋ ਕਿ ਸ਼ਾਇਦ ਸੱਚੀ ਨਹੀਂ ਹੈ ਠੀਕ ਆ ਸੱਚੀ ਕਹਾਣੀ ਨਹੀਂ ਕਲਪਤਾ ਮਨ ਘੜੰਤਾ ਜਿਹਨੂੰ ਆਪਾਂ ਕਹਿ ਦਿੰਦੇ ਆ ਸੋ ਇਹ मीनिंग ਸਮਝਾਏ ਗਏ ਨੇ ਹੁਣ ਇਹਦੇ ਨਾਲ ਰਿਲੇਟਡ ਸਾਨੂੰ ਐਕਟੀਵਿਟੀ ਐਕਟੀਵਿਟੀ 2 ਗਿਵਨ ਬਿਲੋ ਆ ਸਮ ਵਰਡਸ ਫਰਮ ਦਾ ਲੈਸਨ ਇੱਥੇ ਥੱਲੇ ਸਾਨੂੰ ਕੁਝ ਸ਼ਬਦ ਦਿੱਤੇ ਗਏ ਨੇ ਜੋ ਕਿ ਸਾਡੇ ਇਸ ਲੈਸਨ ਦੇ ਵਿੱਚੋਂ ਨੇ ਗੈਸ देयर मीनिंग ਅਸੀਂ ਉਹਨਾਂ ਦੇ मीनिंग ਕੀ ਕਰਨੇ ਨੇ ਗੈਸ ਕਰਨੇ ਨੇ ਟੇਕਿੰਗ ਹਿੰਟਸ ਫ্রম ਦਾ ਸਟੋਰੀ ਕਹਾਣੀ ਦੇ ਵਿੱਚੋਂ ਹਿੰਟ ਲੈਂਦੇ ਹੋਏ ਰਾਈਟ ਦਾ मीनिंग ਇਨ ਦਾ ਬਲੈਂਕਸ ਜਿਹੜੀ ਖਾਲੀ ਥਾਂ ਦਿੱਤੀ ਹੈ ਉੱਥੇ ਅਸੀਂ ਉਹਨਾਂ ਦੇ मीनिंग ਲਿਖਾਂਗੇ ਠੀਕ ਹੈ ਪਹਿਲਾ ਵਰਡ ਕੀ ਆ ਮੌਨਸਟਰ ਮੌਨਸਟਰ ਦਾ ਮਤਲਬ ਆਪਾਂ ਪਹਿਲਾਂ ਹੀ ਕੀਤਾ ਆਕਾਰ ਦੇ ਵਿੱਚ ਬਹੁਤ ਵੱਡਾ ਹਨਾ ਜਿਹੜਾ ਉਹਨੂੰ ਅਸੀਂ ਮੌਨਸਟਰ ਕਹਿੰਦੇ ਆ ਤੇ ਫੇਰ ਅਸੀਂ ਹੁਣ ਉਹਦਾ ਸਟੋਰੀ ਤੋਂ ਇਹੀ मीनिंग ਲਿਆ ਨੈਸੀ ਨੂੰ ਮੌਨਸਟਰ ਕਿਹਾ ਗਿਆ ਤੇ ਨੈਸੀ ਸੀ ਜਿਹੜੀ ਉਹ ਆਕਾਰ ਦੇ ਵਿੱਚ ਬਹੁਤ ਜ਼ਿਆਦਾ ਹਿਊਜ ਬਿਗ ਸੀ ਹਨਾ ਜਿੰਨੂੰ ਦੇਖ ਕੇ ਉਹ ਰੋਜ਼ੀ ਡਰ ਗਈ ਸੀ ਸੋ ਫੇਰ ਹੁਣ ਅਸੀਂ ਇੱਥੇ ਉਸ ਨੂੰ ਹਿਊਜ ਨੂੰ ਜਾਂ ਬਿਗ ਨੂੰ ਕੀ ਵਰਡ ਦਵਾਂਗੇ ਦੇਖੋ ਓਕੇ ਮੌਨਸਟਰ ਲਈ ਆਪਾਂ ਲਿਖਾਂਗੇ ਜਾਇੰਟ GIANT ਜਾਂ ਫਿਰ ਆਪਾਂ ਲਿਖ ਸਕਦੇ ਆਨ ਐਕਸਟ੍ਰੀਮਲੀ ਲਾਰਜ ਬਹੁਤ ਹੀ ਵੱਡਾ ਠੀਕ ਆ ਜਾਇੰਟ ਦਾ ਮੀਨਿੰਗ ਵੀ ਉਹੀ ਹੁੰਦਾ ਜੀ ਆਮ ਤੌਰ ਤੇ ਗੱਗੇ ਦੀ ਸਾਊਂਡ ਦਿੰਦੀ ਆ ਪਰ ਜੀ ਦੇ ਨਾਲ ਜਦੋਂ ਆਈ ਲੱਗੀ ਤਾਂ ਫਿਰ ਉਹ ਕਾਦੀ ਸਾਊਂਡ ਦੇਣ ਲੱਗੀ ਜੱਜੇ ਦੀ ਗੱਗੇ ਦੀ ਨਹੀਂ ਜੱਜੇ ਦੀ ਜਾਇੰਟ ਬੋਲਣਾ ਸੋ ਇਹਨੂੰ ਨੈਕਸਟ ਵਰਡ ਹੈ ਕ੍ਰੀਚਰ ਆਪਾਂ ਪਿੱਛੇ ਕਰਕੇ ਹਟਿਆ ਕ੍ਰੀਚਰ ਮੀਨਸ ਜੀਵ ਕੋਈ ਵੀ ਸੋ ਲਿਵਿੰਗ ਐਨੀਮਲ ਠੀਕ ਇਹਦਾ ਕੀ ਲਿਖੋਗੇ ਕੀ मीनिंग ਆ ਲਿਵਿੰਗ ਐਨੀਮਲ ਨੈਕਸਟ ਬਰਸਟ ਆਪਾ ਹੁਣੇ ਕੀਤਾ ਰਲ ਗਿਆ ਜਾਂ ਮਲਾ ਮਲਾ ਦਿੱਤਾ ਗਿਆ ਹਨਾ ਮਿਲ ਗਿਆ ਜਾਂ ਸੋ ਜੁਆਇੰਟ ਟੁਗੇਦਰ ਜੁਆਇਨ ਕਰਤਾ ਦੋ ਚੀਜ਼ਾਂ ਨੂੰ ਜਾਂ ਕਿਸੇ ਵੀ ਦੋ ਜਿਵੇਂ ਆਪਾਂ ਪਿੱਛੇ ਜੇ ਬੈਂਕਾਂ ਮਰਜ ਹੋਈਆਂ ਸੀ ਹਨਾ ਸਕੂਲ ਮਰਜ ਹੋ ਜਾਂਦੇ ਨੇ ਵੀ ਇੱਕ ਕੁੜੀਆਂ ਦਾ ਸਕੂਲ ਐ ਇੱਕ ਮੁੰਡਿਆਂ ਦਾ ਸਕੂਲ ਆ ਦੋਨਾਂ ਨੂੰ ਮਰਜ ਕਰਕੇ ਇੱਕ ਬਣਾਤਾ ਹੈ ਨਾ ਸੋ ਉੱਥੇ ਇਹਨੂੰ ਟੂ ਕੰਬਾਈਨ ਵੀ ਕਹਿ ਸਕਦੇ ਆ ਬਲੈਂਡ ਵੀ ਕਹਿ ਸਕਦੇ ਆ ਸੋ ਤੁਸੀਂ ਇੱਥੇ ਜੁਆਇੰਟ ਟੁਗੇਦਰ ਲਿਖ ਲਓ ਉਹਨੂੰ ਯਾਦ ਕਰ ਲਓ ਨੈਕਸਟ ਵਰਡ ਆ ਹਰਬੀਵੋਰਟ ਹੈ ਨਾ ਹਰਬੀਵੋਰ ਮੀਨਸ ਸ਼ਾਕਾਹਾਰੀ ਅਸੀ ਕੀਤਾ ਜਿਹੜੇ ਸਿਰ ਪਲਾਂਟਸ ਖਾਂਦੇ ਆ ਮੀਟ ਵਗੈਰਾ ਨਹੀਂ ਖਾਂਦੇ ਉਹਨਾਂ ਲਈ ਵਰਡ ਵੀਗਨ ਵੀਗਨ ਵੀ ਯੂਜ਼ ਕੀਤਾ ਜਾਂਦਾ ਸੋ ਤੁਸੀਂ ਉਹ ਵੀ ਯੂਜ਼ ਕਰ ਸਕਦੇ ਹੋ ਉਹ ਉਸ ਤੋਂ ਇਲਾਵਾ ਤੁਸੀਂ ਲਿਖ ਦਿਓ ਫੀਡਿੰਗ ਔਨ ਪਲਾਂਟਸ ਨੈਕਸਟ ਵਰਡ ਹੈ ਡੇਂਜਰਸ ਡੇਂਜਰਸ ਮੀਨਸ ਖਤਰਨਾਕ ਸੋ ਫਿਰ ਅਨਸੇਫ ਵੀ ਲਿਖ ਸਕਦੇ ਹੋ ਰਿਸਕੀ ਵੀ ਲਿਖ ਸਕਦੇ ਹੋ ਹਾਰਮਫੁਲ ਵੀ ਲਿਖ ਸਕਦੇ ਹੋ ਠੀਕ ਹੈ ਸੋ ਇਹ ਸੀ ਬੇਟਾ ਤੁਹਾਡੀ ਐਕਟੀਵਿਟੀ ਨੰਬਰ 2 ਵੀਡੀਓ ਨੂੰ ਪਾਜ਼ ਕਰੋ ਤੇ ਇਹਨੂੰ ਕਰੋ ਇੱਥੇ ਨੋਟ ਡਾਊਨ ਥੈਂਕਸ ਫॉर ਵਾਚਿੰਗ ਲੈਸਨਸ ਆਫ ਲਾਈਫ ਇਫ ਯੂ ਡੋਟ ਸਬਸਕ੍ਰਾਈਬ Then subscribe it. Bye bye.